आमो अलैकुम मेरे प्यारे प्यारे व्यूअर्स मैं हा सैफ सरोही ते तुसा देखे पयो कानून कोर्ट टीवी दोस्तों आज जेड़ा टॉपिक मैं चुनाए ओ उना भरावा वास्ते जेड़े इस्लामाबाद तो दूर देहात चरा साल अदे चह नहीं टाइम मिलता है तो आखा इस्लामाबाद फिर आवाए हूँ जो दोस्त है बाब इस्लामाबाद आदू बस कुछ मखसूस को दो चार झाइया दा ना पता होंगे कि असा बन के फैसल मस्जिद फिर सूँ ਤੇ ਅਸਾਂ ਜਨਾਬ ਸ਼ੱਕਰ ਪੜੀਆਂ ਵੇਸੋ ਅਸਾਂ ਬੜੀ ਇਮਾਨ ਫੇਰਸੋ ਬਾਸ ਜ਼ਿਆਦਾ ਲੋਕਨ ਕੋ ਨਹੀਂ ਪਤਾ ਕਿ اسلامਾਬਾਦ ਵਣਣੇ ਤੇ اسلامਾਬਾਦ ਕਿਹੜੀ ਜਾਤੇ ਫੇਰਣੇ ਮੈਂ ਅੱਜ ਹਨੂ ਪੂਰੇ ਇਸਲਾਮਾਬਾਦ ਦੀ ਤਾਰੀਖੀ ਜਗਾਂ ਦੇ ਬਾਰੇ ਤੇ ਉਸ ਦੇ ਕਰਬੋ ਜਵਾਹਰੇ ਚ ਜਿਹੜੇ ਇਰਤ-ਗਿਰਤ ਕਰਬੋ ਜਵਾ ਮਕਾਮਾਤ ਨੇ ਜਿਹੜੇ ਦੇਖਣ ਦੇ ਕਾਬਿਲ ਨੇ ਉਹਨਾਂ ਦੇ ਬਾਰੇ ਦੱਸਣਾ ਚਾਹੁੰਦਾ ਤੇ ਮੇਰੇ ਦੋਸਤੋ ਅਜ਼ਾਨ ਥੀਦੀ ਪਈਏ ਮੇਰਾ ਖਿਆਲ ਲੈ ਕੇ ਥੋੜੀ ਦੇਰ ਅਸਾਂ ਰੁੱਕ ਕੇ ਤੇ ਅਜ਼ਾਨ ਸੁਣਨ ਕਿਨਾਂ ਦੋਸਤੋ ਆਜ਼ਾਨ ਖਤਮ ਹੋ ਗਈਏ ਆ ਸਾ ਆਪਣੀ ਗੱਲ ਨੂੰ ਅੱਗਾ ਵਧਾਈਏ ਤੁਸੀਂ ਜਿਹੜੇ ਭਾਈ ਜਿਹੜੇ ਭਰਾ ਮੋਟਰਵੇ ਤੋਂ ਆਉਂਦੇ ਨੇ ਉਹ ਮੋਟਰਵੇ ਤੋਂ ਆਸਨ ਤੇ ਗੋੜਾ ਮੋੜ ਤੋਂ ਜਾਂ ਜੰਗੀ ਸਈਤਾ ਤੋਂ ਕਸ਼ਮੀਰ ਹਾਈਵੇ ਤੇ ਚੜ੍ਹ ਆਏ ਹੱਸੇ ਤੁਸੀਂ ਕਸ਼ਮੀਰ ਹਾਈਵੇ ਤੇ ਆਉਂ ਜੂਈ ਇੰਟਰੈਸ 40G ਤੇ ਰਹੇ ਉਤੇ ਇੱਕ ਬੜਾ ਬਹੁਤ ਬੜਾ ਪੱਥਰ ਹੈ ਉਹਦੇ ਗਿਨੋਤਰਾ ਜਾਂ ਪੱਥਰਾ ਦੇ ਉਹ ਵਿਤਾਰੀ ਸੇ ਪੱਥਰੇ ਉਸ ਬਾਅਦ ਤੁਸੀਂ ਇਹ ਜਿਹੜੀ ਕਸ਼ਮੀਰ ਹਾਈਵੇ ਇਸ ਸਿੱਧਾ ਵਜਣੇ ਸਿੱਧਾ ਤੁਸੀਂ ਵੈਸੋ ਤਾਂ ਅੱਗੇ 0. ਆਵੇ ਸੀ ਉੱਥੇ 0. ਦੇ ਨਾਲ ਹੀ ਤੁਸੀਂ ਥੋੜਾਕ ਟਰਨ ਕਰਕੇ ਉੱਤੇ ਚੜਸੋ ਸ਼ੱਕਰ ਪੜੀਆਂ ਹੈ ਸ਼ੱਕਰ ਪੜੀਆਂ ਸ਼ੱਕਰ ਪੂੜੀਆਂ ਨਹੀਂ ਹਕੀਮ ਸਾਹਿਬ ਵਾਲੀਆਂ ਪੂੜੀਆਂ ਨਹੀਂ ਹਾਂ ਪੂੜੀਆਂ 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 ਮਰੇ ਇੱਕ ਦੋਸਤ ਤੇ ਹੋਏ ਸ਼ਕਰ ਪੜੀਆਂ ਨਵਾਦੇ ਸ਼ਕਰ ਪੁੜੀਆਂ ਉਹ ਭਾਈ ਇਹ ਪੜੀਆਂ ਇਥੇ ਗਿਰਾਂ ਆਈ ਬਹੁਤ ਸਾਰੀਆਂ ਪੜੀਆਂ ਜਿਹੜੀਆਂ ਪੜੀਆਂ ਅੱਜ ਕੱਲ ਅਸਾਂ ਕਬਰਾਂ ਤੇ ਰੱਖੇ ਨੇ ਆ ਨਾ ਉਹ ਇਹ ਪੜੀਆਂ ਇਹ ਸ਼ਕਰ ਪੜੀਆਂ ਹੈ ਸ਼ਕਰ ਪੜੀਆਂ ਪੜੀਆਂ ਤੇ ਪੋੜੇ ਲਾਓ ਸੋਨਾ ਨੇ ਨੇ ਇਹ ਜਿਹੜੇ ਆ ਸਮੇਲੇ ਦੇ ਵਿੱਚ ਵੰਨ ਕੇ ਚਲੇਬੀ ਤੇ 헤ਦੇ ਦੇ ਪੋੜੇ ਖਾਨਿਆਂ ਉਹਨਾਂ ਪੂੜਾਂ ਦੀ ਗੱਲ ਮੈਂ ਨਾ ਪਿਆ ਕਰੇਂਦਾ ਮੈਂ ਪੂੜੀਆਂ ਦੀ ਗੱਲ ਕਰ ਰਹਿੰਦਾ ਸ਼ੱਕਰ ਪੜੀਆਂ ਹੁਣ ਗੱਲ ਸਮਝ ਆਈ ਤੁਸੀਂ ਉੱਥੇ ਸ਼ੱਕਰ ਪੜੀਆਂ ਦੇਖੋ ਸ਼ੱਕਰ ਪੜੀਆਂ ਦੇ ਨਾਲ ਹੀ ਜੋੜਾ ਹੋਇਆ ਪਾਕਿਸਤਾਨ ਮੋਨੂਮੈਂਟ ਇਹ ਬਹੁਤ ਸੋਹਣੀ ਜਗ੍ਹਾ ਹੈ ਉਚਾਈ ਤੇ ਉਥੋਂ ਤੁਸੀਂ ਨਜ਼ਾਰਾ ਕਰੇ ਸੋ ਤੁਹਾਨੂੰ ਸਾਰਾ ਇਸਲਾਮਾਬਾਦ ਔਰ ਰਾਵਲ ਪਿੰਡੀ ਸਾਰਾ ਨਜ਼ਰ ਆ ਸੀ ਉਸ ਦਿਨ ਅੰਦਰ ਮਿਊਜ਼ੀਅਮ ਵੀ ਹੈ ਤੇ ਪਾਕਿਸਤਾਨ ਬਣਨ ਦੇ ਬਾਰੇ ਉਸ ਤੋਂ ਬਾਅਦ ਤੁਸਾਂ ਨਾਲ ਹੀ ਅਜਾਇਬ ਘਰ ਹੈ ਉਹ ਵੀ ਬਹੁਤ ਖੂਬਸੂਰਤ ਹੈ ਉਸੇ ਡਾਇਨੋਸੌਰ ਸੋ ਮੁxtਲਿਫ ਕਿਸਮ ਦੇ ਜਾਨਵਰਾਂ ਦੇ ਆਜ਼ਾ ਪੁਰਾਣੇ ਹਨ ਤੇ ਬਾਕੀ ਸ਼ਈਆਂ ਉੱਥੇ ਤੁਹਾਨੂੰ ਨਜ਼ਰ ਆਸਣ ਉਹ ਬਹੁਤ ਅੱਛਾ ਮਿਊਜ਼ੀਅਮ ਹੈ ਉਸੇ ਨਾਲ ਲੋਕ ਵਿਰਸਾ ਹੈ ਅੱਖਾਂ ਘਰ ਕੇ ਥੋੜਾ ਘੰ ਘਰ ਕੇ ਲੋਕ ਵਿਰਸਾ ਵੱਲ ਲੋਕ ਵਿਰਸਾ ਫੇਰੋ ਉਸ ਬਾਦ ਤੁਹਾਡੇ ਕੋਲੋਂ ਦੂਰੇ ਰਸਤੇ ਜਾਂ ਤੁਸੀਂ ਸੱਜੀ ਸਾਈਡ ਤੇ ਵੈਸੋ ਤਾਂ 라ਵਲ ਟਾਇਮ ਹੈ ਉੱਥੇ ਫੇਰ ਸਕਦੇ ਹੋ ਅਗਰ ਖੱਬੀ ਸਾਈਡ ਤੇ ਮੇਨ ਰੋਡ ਜਿਹੜਾ ਵਹਿੰਦਾ ਪੀ ਐਮ ਪਹਾੜੀਆਂ ਦੇ ਮਰਗਲ ਵਾਲੀਆਂ ਪਹਾੜੀਂ ਅੰਦਰ ਫੈਸਲ ਐਵੇਨਿਊ ਉਸੇ ਵੈਸੋ ਤਾਂ ਉਹ ਜਾ ਕੇ ਫੈਸਲ ਮਸਜਿਦ ਕੋਈ 4-5 ਕਿਲੋਮੀਟਰ ਬਾਅਦ ਫੈਸਲ ਮਸਜਿਦ ਪਹੁੰਚਵੈਂਦੀ ਹੈ तुसा फैसल मस्जिद देखो जेड़े तुसा फैसल मस्जिद एक किए माशाल्लाह बहुत खूबसूरत मस्जिद है तुसा फैसल मस्जिद देखो उस दो दिया कलर उस दे अंदर ईमान परवर और रूह परवर नज़ारा है उत नमज पढ़ो उस तू बाद फारिग हो कि अगर नमज का टैम है तो पढ़ो अगर बेटैम है तो ਦੇਹ ਦੇ ਵਕਤ ਵੈਂਦੇ ਹੋ 11 12 ਵਜੇ ਵਕਤ ਨਮਾਜ਼ ਦਾ ਟਾਈਮ ਨਹੀਂ ਨਾ ਫਤ ਤੁਸੀਂ ਉਥੂ ਤੁਹਾਡੇ ਕੋਲ ਦੋ ਸੰਤ ਬਣਸੇ ਜਾਂ ਤਾਂ ਤੁਸੀਂ ਲਗੇ ਵਨੋ ਇਹ ਸਜੀ ਖਬੀ ਸਾਈਡ ਤੇ ਤਾਂ ਉਹ F9 پارک ਹੀ ਉਦੇ ਵਾਝ ਸਕਦੇ ਹੋ F9 ਨੇ ਕਿਉਂਕਿ F8 ਦੇ ਨਾਲ ਇਹ ਫੈਸਲ ਬਸੇ ਤਾਂ F9 پارک ਉੱਥੇ ਕਰੀਬੇ ਉਥੋਂ ਸਾਂ F9 ਪਾਰਕ ਵਾਹ ਸਕਦੇ ਹੋ ਇਹ ਸ਼ੀਆ ਦਾ ਸਭ ਤੋਂ بڑا ਪਾਰਕ ਹੈ ਅਗਰ ਤੁਸੀਂ F9 ਪਾਰਕ ਦੇ ਨੋ ਵਹਿੰਦੇ ਤੇ ਦੂਜੀ ਸਾਈਡ ਤੇ ਵਹਿੰਦੇ ਹੋ ਤਾਂ ਉੱਥੇ ਤੁਹਾਨੂੰ ਚਿੜੀਆ ਘਰ ਮਿਲਸੀ ਚਿੜੀਆ ਚੌਕ ਤੇ ਇਹ ਖੋਰ ਬਹੁਤ ਮਸ਼ਹੂਰ ਮਾਰੂਫ ਜਗਾ ਜਿਸ ਦਾ ਨਾਂ ਹੈ ਸੈਦਪੁਰ ਵਿਲੇਜ ਉਹ ਲਾਸ ਮੰਨ ਦੇਖੋ ਕਿਉਂਕਿ ਇਹ ਸੈਦਪੁਰ ਵਿਲੇਜ ਬੁੜੀ ਤਾਰੀਖੀ ਜਗ੍ਹਾ ਹੈ ਸੈਦਪੁਰ ਰਾਜਾ ਸੈਦਨ ਖਾਨ ਦੇ ਨਾਤੀ ਜਿਹੜਾ ਇੱਥੇ ਪਠਵਾਰ ਦਾ ਹੁਕਮਰਾਨ ਆਇਆ ਸੁਲਤਾਨ ਸਾਰੰਗ ਦਾ ਬੇਟਾ ਆਇਆ ਤੇ ਰਾਜਾ ਸੈਦਨ ਖਾਨ ਦੀ ਬੇਟੀ ਮਸ਼ਹੂਰ ਜਹਾਂਗੀਰ ਬਾਦਸ਼ਾਹ ਦੇ ਨਿਕਾਹ ਚਾਈ ਤੇ ਇਸ ਵਾਸਤੇ ਰਾਜਾ ਸੈਦਨ ਖਾਨ ਦਾ ਵਲੀਏ ਹਿੰਦ ਸ਼ਹਿਨशाह ਜਹਾਂਗੀਰ ਦਮਾਦ ਵੀ ਆਈ ਸੈਦਪੁਰ ਵਿਲੇਜ ਤੇ ਮੈਂ ਬੜਾ ਡਿਟੇਲ ਤੁਹਾਨੂੰ ਪ੍ਰੋਗਰਾਮ ਲੈ ਕੇ ਆਇਆ ਹਾਂ ਔਰ ਬੜੀ ਹਿਸਟੋਰੀਕਲ ਜਗ੍ਹਾ ਉੱਥੇ ਤੁਸੀਂ ਵੰਨੋ ਦੇਸਪੁਰ ਦੇ ਹਾਟਲੇ ਉੱਥੇ ਤੁਸੀਂ ਐਸੋ ਸਿੱਖਾਂ ਦਾ ਗਿਰਜਾਏ ਪੁਰਾਣਾ ਹਿੰਦੂਆਂ ਦਾ ਮੰਦਿਰ ਹੈ ਉੱਥੇ ਤਾਨੂੰ ਮਸਜਿਦ ਮਿਲ ਸੀ ਉਥੇ ਘਰ ਤੁਹਾਨੂੰ ਮਿੱਟੀ ਦੀ ਟ੍ਰੇਨ ਮਿਲ ਸੀ ਉਹ ਨਿਆਜ਼ ਗਾਲਬ ਨਿਆਜ਼ ਨਾਏ ਜਿਸ কুমہار ਨੇ ਤੇ ਘਰੇ ਮਿਲ ਸੀ ਤੁਹਾਨੂੰ ਉਸ ਬਾਅਦ ਤੁਸੀਂ ਇਹ ਦੇਖ ਗਿੱਧ ਉਸ ਬਾਅਦ ਤੁਸੀਂ ਇਹ ਸੀੜੀਆਂ ਪਹਾੜ ਦਿਆਂ ਦੇਸ਼ ਪਰਦੇਸ ਵਿੱਚ ਗੁਜ਼ਰ ਕੇ ਉੱਤੇ ਵੈਸੋ ਉਥੇ ਤੁਹਾਨੂੰ حضرت خضر علیہ السلام دی بیٹھک ملسی اوتھے دعا مانگو اس تو بعد تساں نکڑنے تا تساں بری امام جا سکتے ہو بری امام مشرق دی سمت تے اوتھے پارلیمنٹ ہاؤس دی پیک تے بری امام میں اوتھے تساں دعا مانگو اوتھے حاضری دیو بری سرکار تے ਉਸ ਬਾਗ ਤੁਸੀਂ ਕਿਉਂਕਿ ਇਸ ਸਾਈਡ ਤੋਂ ਮਸ਼ਰਕੀ ਸਾਈਡ ਤੇ ਗਏ ਹੋ ਉੱਥੇ ਬਰੀ ਇਮਾਮ ਤੋਂ ਬਾਅਦ ਤੁਸੀਂ ਬਣੀ ਗਾਲਾਲੀ ਸਾਈਡ ਤੇ ਨਿਕਲਣੇ ਤੇ ਉੱਥੇ ਤੁਹਾਨੂੰ ਇੱਕ ਬਹੁਤ ਬਿਹਤਰੀਨ ਮਕਾਮ ਸ਼ਾਹਪੁਰ ਮਿਲਸੀ ਉਹ ਚਸ਼ਮਾ ਵੀ ਇਹ ਤੇ ਬਹੁਤ ਪਿਆਰੀ ਜਗ੍ਹਾ ਉੱਥੇ ਤੁਸੀਂ ਮਨੋ ਪਿਲ ਕੋ ਸਵਾਤਾ ਦਾ ਮਾਹੌਲ ਹੈ ਤੁਸਾਂ ਪੈਰ ਆਪਣੇ ਪਾਣੀ ਚ ਪਾ ਕੇ ਤੇ ਪਕੋੜੇ ਖਾਓ ਚਾਹ ਪੀਓ ਚਾਹ ਵੀ ਗੁੰਮਦੀ ਚਾਹ ਆਏ ਹਾਏ 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 ਸੁਰਖ ਚਾਹ ਹਾਏ ਤੂੰ ਕਢੇਂਦੀ ਹੋਈ ਚਾਹ ਮੈਂ ਆਦਾ ਸਵਾਦਾ ਵੈਸੀ ਜਿਹੜੇ ਉਹ ਚਾਹ ਪੀਸੋ ਨਾਲ ਹੋਸਨ ਪਕੋੜੇ ਤੇ ਪਕੋੜਾਂ ਦੇ ਵਿੱਚ ਹੋਸੀ ਨਾਰ ਤਾਣਾ ਹਾਏ ਮਸਾ ਆਵੇ ਜੁ ਹੁਣ ਨਾਲ ਮੇਰੇ ਮੂੰਹ ਚ ਪਾਣੀ ਆ ਵਰ ਲੱਗੇ ਤੁਸਾਂ ਉਤੇ ਵੰਨੋ ਉਸ ਸੂਬਾ ਤੁਸੀਂ ਜਿਹੜਾ ਇਹ ਮਸ਼ਹੂਰ ਝਾ اسلامਾਬਾਦ ਦੀ ਉਹ ਸ਼ਹਲ ਦਿੱਤਾ ਦੇ ਗਾਰ ਉਹਥੇ ਲਾਸ ਮੰਵਨੋ ਕਿਉਂਕਿ ਇਨਸਾਨ ਦੀ ابتਦਾ ਉਹਨਾਂ ਗਾਰਾਂ ਤੋਂ ਹੋਈ ਹੈ ਫਿਰ ਤੁਸੀਂ ਉਸ ਗਾਰਾਂ ਚ ਵਨੋ ਉਹ ਗਾਰ ਦੇਖੋ ਗਾਰ ਮਿੱਟੀ ਦੇ ਬਣੇ ਅੰਦਰ ਪਹਾੜ ਦੇ ਵਿੱਚ इगार उस वेले दें जो अच्छा तो इंसान दब तदावी है उस घड़ियाले चश है चश्मे देखो अल्लाह का निजाम है कि पानी उतु गुजर रहे निकर रहे है निकर रहे है निकल रहा है रहे खुश हो गया सो देख के ते बाकी उथे नाल ही साधु दिया साधु दा बाग है ਉਹ ਇਤਾਰਿਸ਼ੀ ਚੱਕ ਹੈ ਇਹ ਸਾਰੇ ਬੁੱਧ ਮਾਤਾ ਲਾਂਦੇ ਅੱਛਾ ਉਹ ਪਹਾੜੀਆਂ ਸ਼ਾਹ ਲ ਦਿੱਤ ਦੀ ਉੱਤੇ ਚੜਸੋ ਤਾਂ ਤੁਹਾਨੂੰ ਉੱਥੇ ਸ਼ੇਰ ਸ਼ਾਹ ਸੂਰੀ ਦੀ ਬਾਉਲੀ ਨਜ਼ਾਰਾ ਸੀ। ਔਰ ਜਰਨੈਲੀ ਸੜਕ ਦਾ 50 ਫੁੱਟ ਦਾ ਟੁਕੜਾ ਵੀ ਨਜ਼ਾਰਾ ਸੀ ਕਿਉਂਕਿ ਇਹ ਜਿਹੜੀ ਜਰਨੈਲੀ ਸੜਕ ਸ਼ੇਰ ਸ਼ਾਹ ਸੂਰੀ ਬਣਾਈ ਆਈ ਇਸੇ ਰੋਡ ਤੇ ਜਿਸੁਨਾ ਸਾਖਾਨ ਕੋ ਰੋਡ ਵੀ ਆਦਿਆ ਤੇ ਕੰਤੀਲਾ ਦਾ ਗ੍ਰਾਮ ਇਹ ਤੇ ਉਤੋਂ ਥੱਲੇ ਲਾਂਦੀ ਪਈਏ ਜਿਹੜੀ ਸ਼ਾਹ ਅੱਲਾ ਦਿੱਤਾ ਉਤਰਦੀ ਏ ਛਲ ਦਿੱਤਾ ਇੱਕ ਬਹੁਤ ਪੌਚੇ ਹੋਏ ਬਸੂਰ ਕਨ ਮੁਗਲ ਦੌਰੇ ਚ ਅਚੀਨਾ ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਨਾ ਪਹਾੜਾਂ ਚ ਗੁਜ਼ਰ ਕੇ ਤੇ ਸ਼ਾਹਜਹਾਨ ਦੀ ਮਸਜਿਦ ਵੀ ਦੇਖ ਸਕਦੇ ਹੋ ਉਹ ਬਹੁਤ ਪੁਰਾਣੀ ਮਸਜਿਦ ਹੈ ਕਿਉਂਕਿ ਦੋ ਮਸਜਿਦਾਂ ਹੁਣ ਇਸਲਾਮਾਬਾਦ ਦੇ ਚ ਡਿਸਕਵਰ ਹੋ ਚੁੱਕੀਆਂ ਹਨ ਇੱਕ ਸ਼ਾਹਜਹਾਨ ਦੀ ਮਸਜਿਦ ਹੈ ਤੇ ਇੱਕ ਸ਼ੇਰ ਸ਼ਾਹ ਸੂਰੀ ਬਣਾਈਏ ਉਹ ਸ਼ਕਰਪੜੀਆਂ ਦੇ ਅੰਦਰ ਬਿਲਕੁਲ ਜੰਗਲ ਵਿੱਚ ਉਹ ਦੇਖੋ ਮੇਰੇ ਦੋਸਤੋ ਉਸ ਤੋਂ ਬਾਅਦ ਥਾਰੇ ਕੋ ਲੱਗ ਟਾਈਮ ਹੈ ਤੇਔਰ ਤੁਸਾਂ ਮਰੀ ਵੀ ਨਹੀਂ ਵਜਣਾ ਚਾਹਦੇ ਤਾਂ ਫਿਰ ਤੁਸਾਂ ਪਿੰਡ ਆ ਵਜੋ ਪਿੰਡੀ ਦਾ ਅਯੂ ਪਾਰਕ ਦੇਖੋ ਬਹੁਤ ਬੜਾ ਪਾਰਕ ਹੈ ਔਰ ਉਸ ਤੋਂ ਬਾਅਦ ਤੁਸਾਂ ਰਵਾਤ ਲੱਗਿਆਓ ਉਹ ਵੀ ਨਾਲ ਲਿਏ ਪਿੰਡੀ ਤੇ ਪਿੰਡੀ اسلامబాద్ ਦੇ ਨੇ ਉੱਥੇ ਤੁਸਾਂ ਸ਼ਹੀ ਕਿਲਾ ਦੇਖੋ ਰਾਵਤ ਸ਼ਹਿਰ ਦੇ ਅੰਦਰ ਸੁਲਤਾਨ ਸਾਰੰਗ ਦੇ ਕਈ ਬੇਟਾਂ ਦੀਆਂ ਔਰ ਉਹਨਾਂ ਦੀ ਉਥੇ ਲਾਸ਼ਾਂ ਵੀ ਉਥੇ ਦਫਨ ਨੇ ਉਹ ਆਪ ਸਾਰੇ ਉਥੇ ਦਫਨ ਨੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ 라ਵਲਪਿੰਡੀ ਉਸ ਵਕਤ ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਔਰ ਤੁਸੀਂ ਇਹ ਇਤਿਹਾਸਿਕ ਜਗ੍ਹਾ ਔਰ ਪੁਰਾਣੇ ਕਿਲੇ ਪਸੰਦ ਕਰਦੇ ਹੋ ਤਾਂ ਤੁਸੀਂ ਚਰਾ ਦੇ ਕਰੀਬ ਫੁਰਵਾਲੇ ਦਾ ਕਿਲਾ ਵੀ ਦੇਖ ਸਕਦੇ ਹੋ ਅੱਛਾ ਅਖਰ ਤੁਹਾਡੇ ਕੋਲ ਟਾਈਮ ਬਚ ਕੇ ਤਾਂ ਤੁਸੀਂ ਅਯੂ ਪਾਰਕ ਡਿਟ ਹੈ ਲੇਕਿਨ ਮਜ਼ਾ ਨਹੀਂ ਆਇਆ ਦਿਓ ਨਹੀਂ ਯਾਰ ਇਸ ਤੋਂ ਵੀ ਕੋਈ ਵਦ ਸ਼ਾਇਰੀ ਲਿਖਣੀ ਹੈ ਤਾਂ ਵਾ ਤੁਸੀਂ ਲੇਕ 뷰 ਪਾਰਕ ਦੇ ਕਿਨਸੋ ਉਹ اسلام آباد ਬਿਲਕੁਲ ਕੋਨੇ ਤੇ ਹੋਰ ਬਿਹਤਰ ਤੇ ਕਿ ਅਗਰ ਸ਼ਾਹਪੁਰ ਜਿਹੜਾ ਵੈਂਦੇ ਹੋ ਤਾਂ ਨਾਲ ਹੀ ਲੇਕ ਵੀ ਦੇ ਕਿਨੋ ਉਹ ਬਹੁਤ ਪਿਆਰਾ ਮਨਸਰਯੋਸਤਾ ਬਹੁਤ ਪਿਆਰਾ ਪਾਰਕੀ ਤੇ ਇਸ ਤੋਂ ਬਾਅਦ 라ਵਲਪਿੰਡੀ ਦੇ ਤੁਸੀਂ ਅਗਰ ਸ਼ਹਿਰ ਦੇ ਅੰਦਰੂਨੀ ਸੈਰ ਕਰਨੀ ਹੈ ਤਾਂ ਤੁਸੀਂ ਰਾਜਾ ਬਾਜ਼ਾਰ ਆ ਸਕਦੇ ਹੋ ਸੁਝਾਨ ਸਿੰਘ ਦੀ ਹਵੇਲੀ ਦੇਖ ਸਕਦੇ ਹੋ ਉਸ ਤੋਂ ਬਾਅਦ ਉੱਥੇ ਹਰੀ ਸਿੰਘ ਦੀ ਵੀ ਹਵੇਲੀ ਮੌਜੂਦ ਹੈ ਰਾਜਾ ਬਾਜ਼ਾਰ ਦੇਖ ਸਕਦੇ ਹੋ ਸਦਰ ਬਾਜ਼ਾਰ ਦੇਖ ਸਕਦੇ ਹੋ ਸਦਰ ਬਾਜ਼ਾਰ ਆ ਕੇ ਤੇ ਅਗਰ ਸਰਦੀਆਂ ਤੇ ਤੁਹਾਨੂੰ ਸ਼ੌਕ ਹੈ ਕਿ ਮੱਛੀ ਖਾਵਣੀ ਹੈ ਤਾਂ ਵਧ ਹਾਥੀ ਚੌਕ ਆ ਹਾਏ ਮੁਸਤਾਫਾ ਦੀ ਤਾਰੂਲ ਮਾਹੀ ਮੱਛਲੀ ਹਾਏ 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 ਅਤੇ ਪਮਫਲਟ ਕਈ ਦਫਾ ਮੱਚੀ ਖਾ ਦੀਏ ਬੜੀ ਟੈਟ ਬਣਾਉਂਦੇ ਉਸ ਸੁਬਾਹ ਤੁਸੀਂ ਵਾਪਸ ਵਾ ਲੈਣੇ ਵਾਪਸ ਵੱਲ ਕੇ ਤੁਸੀਂ ਵਾਹ ਗਾਰਡਨ ਦੇਖੋ ਜਿਹੜਾ ਬਿਲਕੁਲ ਮੇਨ ਪਿਸ਼ਾਵਾਰ ਰੋਡ ਤੇ ਤੇ ਟੈਕਸ ਲੈ ਦਿੱਕੀ ਇਸੇ ਤਰ੍ਹਾਂ ਟੈਕਸ ਲੈਦੇ ਅੰਦਰ ਤਾਨੂੰ ਮੈਂ ਜੀਟੀ ਰੋਡ ਤੇ ਖੋਰ ਬਾਉਲੀ ਵੀ ਨਜ਼ਰ ਆਸੀ ਜਿਹੜੀ ਪਾਰ ਕੇ ਚੇ ਫਿਰ ਤੁਹਾਡ ਕੋ ਟਾਈਮ ਹੈ ਤਾਂ ਤੁਸੀਂ ਟੈਕਸਲਾ ਮਿਊਜ਼ੀਅਮ ਦੇਖੋ ਟੈਕਸਲਾ ਦੇ ਮਸ਼ਹੂਰ ਸਤੂਪੇ ਤੇ ਮਕਾਮਾਤ ਦੇਖ ਸਕਦੇ ਹੋ ਜੋਲੀਆਂ ਯੂਨੀਵਰਸਿਟੀ ਦੇਖ ਸਕਦੇ ਹੋ ਤੇ ਉਥੇ ਖੰਡਰਾਤ ਜਿਹੜੇ ਟੈਕਸਲੇ ਦੇ ਉਹ ਤੁਸੀਂ ਦੇ ਸਕਦੇ ਹੋ ये सारे खिताए पठर के मशहूर मशहूर मकाम आते हैं आखिर ते मेरे दोस्तों अगर टाइम है तो फेट कचहरी आ वजो मेरे को कप चाह दबी के नो बाकिन खैर ना लाने और खैर खरीयत ना रखे ਮੇਰੀ ਤੁਹਾਨੂੰ ਸਾਰਿਆਂ ਨੂੰ ਦੁਆਏ ਤੁਹਾਡੇ ਬੱਚੇ ਜੀਵਨ ਤੁਸੀਂ ਖੁਸ਼ ਪੈ ਵਸੋ ਤੇ ਜਿੱਥੇ ਤੁਹਾਡੇ ਪੈਰੋਂ ਮੈਂ ਉੱਥੇ ਖੈਰ ਹੋਵੇ ਤੇ ਆਖਰੀ ਰਿਕੁਐਸਟ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਨਾ ਆਏ ਕਿਉਂਕਿ ਹੁਣ ਆਦਤ ਬਣ ਗਈ ਏ ਹਰ ਵੀ ਲਾ ਕਰਦੀ ਕਿ ਉਹ ਰਿਕੁਐਸਟੇ ਜ਼ਰੂਰ ਕਰੰਦੇ ਤੇ ਬਾਕੀ ਮੈਨੂੰ ਇਜਾਜ਼ਤ ਦਿਓ ਤੇ ਅੱਲਾ ਹਾਫਿਜ਼